ਦੀਆਂ ਗਲੀਆਂ ਵਿੱਚ ਸ਼ੋਰ ਪਿਆ ਹੋਇਆ ਸੀ। ਗੁਰਦੀਪ ਮਨਜੀਤ ਅਤੇ ਸੰਤੋਖ ਚੀਕਾਂ ਮਾਰਦਿਆਂ ਸਕੂਲ ਵੱਲ ਨੱਠੇ ਜਾ ਰਹੇ ਸਨ। ਬਾਪੂ ਕਹਾਨ ਸਿੰਘ ਡਾਂਗ ਚੁੱਕੀ ਉਹਨਾਂ ਦੇ ਪਿੱਛੇ ਪਿੱਛੇ ਦੌੜਾ ਆ ਰਿਹਾ ਸੀ। ਬੱਚਿਆਂ ਮਗਰ ਭੱਜਿਆ ਵਿਚਾਰਾ ਬਾਬਾ ਨੂੰ ਸਾਹ ਚੜ ਗਿਆ ਅਤੇ ਉਹ ਰੁਕ ਕੇ ਉੱਚੀ ਉੱਚੀ ਬੋਲਣ ਲੱਗਿਆ, ਠਹਿਰੋ ਤਾਂ ਠਹਿਰ ਤਾਂ ਜਾਓ ਸ਼ੈਤਾਨੋਂ, ਇੱਕ ਵਾਰ ਮੇਰੇ ਹੱਥ ਆ ਜਾਓ ਸਹੀ, ਗਿੱਟੇ ਨਾ ਸੇਕਦਿਆਂ ਤਾਂ। ਬੇਬੇ ਕਰਤਾਰੀ ਨੇ ਹਿੰਮਤ ਕਰਕੇ ਪੁੱਛਿਆ, ਕਿਉਂ ਐਵੇਂ ਸਕਦਾ ਪਿਆ ਹੈ? ਆਹ ਤੇਰੀ ਉਮਰ ਹੈ ਨਿਆਣਿਆਂ ਮਗਰ ਭੱਜਣ ਦੀ, ਬਾਪੂ ਗੁੱਸੇ ਨਾਲ ਬੋਲਿਆ। ਕਰਤਾਰੀਆ ਤੈਨੂੰ ਨਹੀਂ ਪਤਾ, ਘਰੋਂ ਤਾਂ ਸਕੂਲ ਭੇਜਿਆ ਸੀ, ਇਹਨਾਂ ਪੁੱਤਾਂ ਨੂੰ ਪਤਾ ਨਹੀਂ ਪਿੰਡ ਦੀਆਂ